ਗੱਲ ਕੈਨੇਡਾ ਸਟੱਡੀ ਵੀਜ਼ਾ ਦੀ ਕਰਨ ਜਾ ਰਹੀ ਆ ਸਟੂਡੈਂਟਸ ਜਿਹੜੇ ਅਪਲਾਈ ਕਰਨ ਬਾਰੇ ਸੋਚ ਰਹੇ ਨੇ ਉਹ ਚਾਹੁੰਦੇ ਨੇ ਕਿ ਸਾਡਾ ਪ੍ਰੋਸੈਸ ਜਲਦੀ ਤੋਂ ਜਲਦੀ ਹੋਵੇ ਕੰਪਲੀਟ ਤੇ ਸਾਨੂੰ ਜਲਦੀ ਤੋਂ ਜਲਦੀ ਸਾਡਾ ਵੀਜ਼ਾ ਮਿਲ ਸਕੇ ਪਰ ਜਿਸ ਤਰ੍ਹਾਂ ਦੀ ਨਿਊਜ਼ ਆ ਰਹੀਆਂ ਉਸ ਤੋਂ ਬਾਅਦ ਸਟੂਡੈਂਟਸ ਦੇ ਸਵਾਲ ਬਹੁਤ ਸਾਰੇ ਨੇ ਸੋ ਸਹੀ ਪ੍ਰੋਸੈਸ ਕਿਵੇਂ ਕੰਟੀਨਿਊ ਕਰਦੇ ਹੋਏ ਤੁਸੀਂ ਆਪਣਾ ਟਾਈਮਲੀ ਵੀਜ਼ਾ ਲੈ ਸਕੋਗੇ ਔਰ ਜੋ ਨਿਊਜ਼ ਆ ਰਹੀਆਂ ਨੇ ਡਿਪਲੋਮੈਟਸ ਦੇ ਵਾਪਸ ਜਾਣ ਤੋਂ ਬਾਅਦ ਕਿੰਨਾ ਕੁ ਫਰਕ ਪ੍ਰੋਸੈਸ ਦੇ ਉੱਪਰ ਪਏਗਾ ਔਰ ਕਿਹੜੀ ਥਾਂ ਤੇ ਆ ਕੇ ਪ੍ਰੋਸੈਸ ਤੇ ਫਰਕ ਪੈਣ ਵਾਲਾ ਸੋ ਸਟੂਡੈਂਟਸ ਲਈ ਸਟੈਂਡ ਵਾਲੀ ਅੱਜ ਦੀ ਇਹ ਵੀਡੀਓ ਧਿਆਨ ਨਾਲ ਜ਼ਰੂਰ ਵੇਖਿਓ ਅਤੇ ਸੁਣਿਓ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਖਾਸ ਗੱਲਾਂ ਖਾਸ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਕ੍ਰੀਏਟਿਵ ਫਿਚਰ ਕੰਸਲੈਂਸਾ ਤੋਂ ਵੀਜ਼ਾ ਐਕਸਪਰਟ ਗੁਰਪ੍ਰੀਤ ਕੌਰ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਸੋ ਗੁਰਪ੍ਰੀਤ ਜੀ ਸਟੂਡੈਂਟਸ ਦੇ ਮਨ ਵਿੱਚ ਜੋ ਹੁਣ ਚਿੰਤਾ ਚੱਲ ਰਹੀ ਹੈ ਤੁਸੀਂ ਵੀ ਉਸ ਚਿੰਤਾ ਤੋਂ ਜਾਣੂ ਹੋ ਤੁਹਾਡੇ ਕੋਲ ਵੀ ਕਈ ਸਵਾਲ ਸਟੂਡੈਂਟਸ ਦੇ ਅੱਜ ਦੇ ਟਾਈਮ ਵਿੱਚ ਜ਼ਰੂਰ ਆ ਰਹੇ ਹੋਣਗੇ ਤੇ ਤੁਸੀਂ ਇੱਥੇ ਸਟੂਡੈਂਟਸ ਨੂੰ ਕੀ ਗਾਈਡ ਕਰਨਾ ਚਾਹੋਗੇ ਔਰ ਸਪੈਸ਼ਲੀ ਅਗਰ ਆਪਾਂ ਫੋਕਸ ਕਰੀਏ ਸਵਾਲ ਦੇ ਉੱਪਰ ਕਿ ਜਿਹੜੇ ਡਿਪਲੋਮੇਟਸ ਵਾਪਸ ਕੈਨੇਡਾ ਗਏ ਨੇ ਉਸ ਤੋਂ ਬਾਅਦ ਡਿਲੇ ਪ੍ਰੋਸੈਸ ਦੇ ਵਿੱਚ ਹੋਏਗਾ ਜਾਂ ਨਹੀਂ ਹੋਏਗਾ ਜੇ ਹੋਏਗਾ ਤਾਂ ਕਿਹੜੀ ਥਾਂ ਤੇ ਆ ਕੇ ਡਿਲੇ ਆਉ ਸਟੂਡੈਂਟਸ ਨੂੰ ਚਿੰਤਾ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਹਰਜੋਰਜੀ ਡਿਪਲੋਮੈਟਸ ਘਟ ਹੋਣ ਦੇ ਨਾਲ ਕੋਈ ਵੀਜ਼ਾ ਸਕਸੈਸ ਰੇਟ ਦੇ ਉੱਤੇ ਅਸਰ ਨਹੀਂ ਪੈਣ ਵਾਲਾ ਦੂਸਰੀ ਗੱਲ ਹੈ ਪੀਪੀਆਰ ਰਿਕਵੈਸਟ ਉਹਨਾਂ ਨੇ ਦੇਣੀ ਹੈ ਕਿਉਂਕਿ ਕੈਨੇਡਾ ਵਰਗਾ ਕੰਟਰੀ ਇੰਡੀਆ ਚ ਬੈਠ ਕੇ ਆਪਣੀ ਐਮਬੈਸੀ ਮੈਨੇਜ ਕਰ ਰਿਹਾ ਤੇ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਡਾਊਟ ਨਹੀਂ ਕੀਤਾ ਜਾ ਸਕਦਾ ਕਿ ਵੀਜ਼ਾ ਪ੍ਰੋਸੈਸ ਸਲੋ ਹੋ ਸਕਦਾ ਜਾਂ ਪੀਪੀਆਰ ਰਿਕੁਐਸਟ ਨਹੀਂ ਆਣਗੀਆਂ ਹਾਂ ਥੋੜਾ ਇਹ ਹੋ ਸਕਦਾ ਹੈ ਕਿ ਸਟੈਂਪਿੰਗ ਦੇ ਉੱਤੇ ਟਾਈਮ ਲੱਗ ਜੇ ਕਿ ਜੋ ਬੱਚਿਆਂ ਦੇ ਵੀਜ਼ਾ ਸਟੈਂਪ ਹੋ ਕੇ ਪਾਸਪੋਰਟ ਤੇ ਆਉਂਦੇ ਨੇ ਬਾਕੀ ਕਿਸੇ ਵੀ ਤਰ੍ਹਾਂ ਦਾ ਕੋਈ ਇਫੈਕਟ ਸਟੂਡੈਂਟ ਵੀਜ਼ਾ ਦੇ ਉੱਤੇ ਨਹੀਂ ਪੈਣ ਵਾਲਾ ਜੇ ਮੈਂ ਗੱਲ ਕਰਾਂ ਕਿ ਸਟੂਡੈਂਟਸ ਦੇ ਜਨਵਰੀ ਇਨਟੇਕ ਦੀ ਜਨਵਰੀ ਇਨਟੇਕ ਇਸ ਟਾਈਮ ਓਪਨ ਹੈ ਐਡਮਿਸ਼ਨ ਲੈ ਸਕਦੇ ਆ ਸਾਡੇ ਕੋਲ ਪ੍ਰਾਈਵੇਟ ਕਾਲਜਿਸ ਵੀ ਹੈਗੇ ਆ ਜੋ ਪਾਤਵੇ ਪ੍ਰੋਗਰਾਮ ਦੇ ਨਾਲ ਹੈਗੇ ਨੇ ਵਰਕ ਪਰਮਟ ਵਾਲੇ ਕਾਲਜਿਸ ਨੇ ਸਾਡੇ ਕੋਲ ਯੂਨੀਵਰਸਿਟੀ ਨਾਲ ਵੀ ਪ੍ਰਾਈਵੇਟ ਕਾਲਜਿਸ ਦਾ ਪਾਤਵੇ ਹੈਗਾ ਤੇ ਐਵੇਂ ਦੇ ਕਾਲਜਿਸ ਦੇ ਵਿੱਚ ਬੱਚੇ ਐਡਮਿਸ਼ਨ ਲੈ ਸਕਦੇ ਆ ਬਲਕਿ ਟਿਊਸ਼ਨ ਫੀਸ ਬਹੁਤ ਘੱਟ ਹੈ ਪਬਲਿਕ ਕਾਲਜਿਸ ਔਰ ਯੂਨੀਵਰਸਿਟੀ ਨਾਲੋਂ ਤੇ ਇਹਦਾ ਬੈਨੀਫਿਟ ਸਟੂਡੈਂਟ ਲੈ ਲੈਣ ਟਾਈਮਲੀ ਅਪਲਾਈ ਕਰ ਲੈਣ ਫਿਰ ਵੀ ਜੇ ਮਨ ਦੇ ਵਿੱਚ ਕੋਈ ਡਾਊਟ ਆਂਦਾ ਹੈ ਕਿ ਆਪਾਂ ਅਪਲਾਈ ਕਰਨੇ ਆ ਡਿਪਲੋਮੇਟਸ ਘਟ ਗਏ ਆਪਾਂ ਕੀ ਕਰੀਏ ਤੇ ਉਹਦੇ ਵਿੱਚ ਕੁਝ ਨਹੀਂ ਆਪਾਂ ਟਾਈਮਲੀ ਅਪਲਾਈ ਕੈਰਨਾ ਸਮਾਰ ਰਹਿੰਦੇ ਅਪਲਾਈ ਕਰੀਏ ਤਾਂ ਕਿ ਆਪਣਾ ਜਦੋਂ ਨੂੰ ਆਪਾਂ ਫਲਾਈ ਕਰਨਾ 2-3 ਮਹੀਨੇ ਦਾ ਵਕਫਾ ਹੋਵੇ ਤੇ ਆਪਣਾ ਜਿਹੜਾ ਉਹ ਰਿਜ਼ਲਟ ਕਲੀਅਰ ਹੋ ਜਾਏ ਅੱਗੇ 25 ਦਿਨ ਚ ਰਿਜ਼ਲਟ ਆ ਰਿਹਾ ਸੀ ਹੁਣ ਜਿਆਦਾ ਤੋਂ ਜਿਆਦਾ 30 ਤੋਂ 40 ਦਿਨ ਚ ਆ ਜਾਏਗਾ ਇਹ ਤਾਂ ਕੋਈ ਹੈ ਨਹੀਂ ਡਿਪਲੋਮੇਟ ਸਾਰੇ ਉਠਾ ਦਿੱਤੇ ਆ ਕੁਝ ਲੈਸ ਦਿੱਤੇ ਗਏ ਆ ਤੇ ਬਹੁਤ ਵੱਡੀ ਕੋਈ ਚੀਜ਼ ਨਹੀਂ ਹੈ ਕਿ ਜਿਹਦਾ ਕੋਈ ਵੀਜ਼ੇ ਦੇ ਉੱਤੇ ਅਸਰ ਪਊਗਾ ਜਾਂ ਸਟੂਡੈਂਟ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਅਸਰ ਪਊਗਾ ਬਟ ਆਪਾਂ ਧਿਆਨ ਦੇਣਾ ਆਪਣੀ ਕੋਰਸ ਸਿਲੈਕਸ਼ਨ ਦੇ ਉੱਤੇ ਆਪਣੀ ਐਸਓਪੀ ਦੇ ਉੱਤੇ ਆਪਣੀ ਪ੍ਰੋਫਾਈਲ ਦੇ ਉੱਤੇ ਰਿਪਰਜੈਂਟ ਕਿਵੇਂ ਕਰਨੀ ਹੈ ਵੀਜ਼ਾ ਆਫੀਸਰ ਦੇ ਸਾਹਮਣੇ ਆਪਾਂ ਕਿਵੇਂ ਵੀਜ਼ਾ ਆਫੀਸਰ ਨੂੰ ਇੱਕ ਜੈਨੂਇਨਟੀ ਤਰੀਕੇ ਨਾਲ ਜੈਨੂਅਨ ਸਟੂਡੈਂਟ ਹੋਣ ਦਾ ਪ੍ਰੂਫ ਦੇਣਾ ਹੈ ਬਸ ਇੰਨਾਕ ਸਾਡਾ ਕੰਮ ਹੈ ਜਿਹੜਾ ਸਾਨੂੰ ਕੰਪਲੀਟ ਕਰਨਾ ਚਾਹੀਦਾ ਜੀ ਜੀ ਠੀਕ ਹੈ ਬਿਲਕੁਲ ਸੋ ਇਸ ਸਾਰੇ ਜੋ ਨਿਊਜ਼ ਆ ਰਹੀਆਂ ਹਨ ਜਾਂ ਪ੍ਰੋਸੀਜਨ ਲੈਕ ਸਟੂਡੈਂਟਸ ਦਾ ਸਵਾਲ ਨੇ ਇਸ ਦੇ ਵਿੱਚ ਸਟੂਡੈਂਟਸ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਕਿੰਨੀ ਜਲਦੀ ਸਾਨੂੰ ਆਫਰ ਲੈਟਰ ਮਿਲ ਸਕਦੀ ਹੈ ਜਿਹੜੇ ਅਪਲਾਈ ਕਰਨਾ ਚਾਹੁੰਦੇ ਨੇ ਔਰ ਜ਼ਰੂਰ ਤੁਸੀਂ ਇਹ ਵੀ ਦੱਸੋ ਕਿ ਤੁਹਾਡੀ ਕੰਪਨੀ ਦੇ ਕਿਹੜੇ ਕਿਹੜੇ ਕਾਲਜੇਜ਼ ਨਾਲ ਕਿੱਥੇ ਕਿਹੜੇ ਕਿਹੜੇ ਪ੍ਰੋਵਿੰਸ ਦੇ ਵਿੱਚ ਤੁਹਾਡੇ ਟਾਈਪਸ ਹੈ ਤਾਂ ਕਿ ਸਟੂਡੈਂਟਸ ਉਸ ਹਿਸਾਬ ਨਾਲ ਆਪਣਾ ਮਨਵੀ ਬਣਾ ਸਕਣ ਹਰ ਦੋਸਤ ਜੀ ਸਾਡੇ ਕੋਲ ਕੈਨੇਡਾ ਦੇ ਮੋਸਟਲੀ ਸਾਰੇ ਪ੍ਰੋਵਿੰਸ ਦੇ ਵਿੱਚ ਕਾਲਜਿਸ ਅਵੇਲੇਬਲ ਆ ਵੈਨਕੂਵਰ ਟੋਰੰਟੋ ਸਰੀ ਬ੍ਰੈਮਟਨ অন্ਟਾਰੀਓ ਸਾਰੀ ਜਗ੍ਹਾ ਤੇ ਸਾਡੇ ਕੋਲ ਕਾਲਜਿਸ ਅਵੇਲੇਬਲ ਨੋਵਾ ਸਕੋਸ਼ੀਆ ਦੀ ਗੱਲ ਜੇ ਮੈਂ ਕਰਾਂ ਜੇ ਮੈਂ ਗੱਲ ਕਰਾਂ ਸਾਡੇ ਕੋਲ ਸਕੈਚਵਨ ਦੇ ਵਿੱਚ ਵੀ ਹੈਗੇ ਆ ਹੋਰ ਬ੍ਰੈਮਟਨ ਦੇ ਵਿੱਚ ਵੀ ਸਾਡੇ ਕੋਲ ਕਾਲਜਿਸ ਹੈਗੇ ਆ ਹਰ ਜਗ੍ਹਾ ਸਾਡੇ ਕੋਲ ਕਾਲਜਿਸ ਹੈਗੇ ਆ ਲੰਡਨ ਉੱਥੇ ਪੈਂਦਾ ਉਹਦੇ ਵਿੱਚ ਵੀ ਸਾਡੇ ਕੋਲ ਕਾਲਜਿਸ ਹੈਗੇ ਆ ਕੈਨੇਡਾ ਦੇ ਵਿੱਚ ਤੇ ਸਾਰੀ ਜਗ੍ਹਾ ਦੇ ਵਿੱਚ ਸਾਡੇ ਕੋਲ ਕੈਂਪਸ ਅਵੇਲੇਬਲ ਹੈ ਦੋਨੋਂ ਤਰ੍ਹਾਂ ਕਾਲਜ ਵਿੱਚ ਪਬਲਿਕ ਔਰ ਪ੍ਰਾਈਵੇਟ ਅਵੇਲੇਬਲ ਹੈ ਯੂਨੀਵਰਸਿਟੀਆਂ ਅਵੇਲੇਬਲ ਨੇ ਜਿਨ੍ਹਾਂ ਦੇ ਪ੍ਰਾਈਵੇਟ ਕਾਲਜਸ ਦੇ ਵਿੱਚ ਮਾਨ ਅਪਲਾਈ ਕਰਨ ਦਾ ਟਿਊਸ਼ਨ ਫੀਸ ਘੱਟ ਹੈ ਪਾਤਵੇ ਪ੍ਰੋਗਰਾਮ ਲੈ ਸਕਦੇ ਨੇ ਜੋ ਕਿ ਉਹਨਾਂ ਦੇ ਪਬਲਿਕ ਕਾਲਜਸ ਨਾਲ ਯੂਨੀਵਰਸਿਟੀਆਂ ਦੇ ਨਾਲ ਪਾਤਵੇ ਪ੍ਰੋਗਰਾਮ ਹੈਗਾ ਬਹੁਤ ਸਾਰੀਆਂ ਆਪਸ਼ਨਸ ਨੇ ਸਾਡੇ ਕੋਲ ਜਿਹੜੇ ਬੱਚੀਆਂ ਬੱਚੇ ਆਪਣੀਆਂ ਲੈ ਕੇ ਆਪਣਾ ਅੱਗੇ ਜਿਹੜਾ ਵੀ ਆਪਣਾ ਡ੍ਰੀਮਸ ਆ ਫੁੱਲ ਕਰ ਸਕਦੇ ਆ ਜੇ ਮੈਂ ਗੱਲ ਕਰਾਂ ਕਿ ਆਫਰ ਲੈਟਰ ਦੀ 24 ਘੰਟੇ ਚ ਅਸੀਂ ਕਮਿਟ ਕਰ ਰਹੇ ਹਾਂ ਕਿ 24 ਆਵਰਸ ਦੇ ਵਿੱਚ ਅਸੀਂ ਬੱਚੇ ਨੂੰ ਆਫਰ ਲੈਟਰ ਪ੍ਰੋਵਾਈਡ ਕਰਾਂਗੇ ਕਿਉਂਕਿ ਅੜਕੋ ਲੈਨੇ ਕਟਾਈਜ਼ ਹੈਗੇ ਨੇ ਕਿ ਜੋ ਕਿ 24 ਘੰਟੇ ਦੇ ਵਿੱਚ ਅਸੀਂ ਆਫਰ ਲੈਟਰ ਬੱਚੇ ਨੂੰ ਦੇ ਸਕਦੇ ਆ ਬਾਕੀ ਅਗਲੀ ਗੱਲ ਹੈ ਇਹ ਨਹੀਂ ਕਿ 24 ਘੰਟੇ ਚ ਆਪਾਂ ਆਫਰ ਲੈਟਰ ਬਲੈਕ ਕੇ ਆਰਾਮਨਾ ਕਰੇ ਬੈਠ ਜੀਏ ਅਕੇ ਟਿਊਸ਼ਨ ਫੀਸ ਪਰ ਹੋ ਨਾਲ ਦੇ ਨਾਲ ਜੀਆਈਸੀ ਕਰਾਓ ਟਿਊਸ਼ਨ ਫੀਸ ਭਰਨ ਦੇ ਨਾਮ ਤੋਂ ਮੈਨੂੰ ਇੱਕ ਗੱਲ ਯਾਦ ਆਈ ਕਿ ਬੱਤੇ ਰਿਫਿਊਜ਼ ਵੀ ਇਸ ਟਾਈਮ ਕੈਨੇਡਾ ਤੋਂ ਹੋ ਰਹੇ ਨੇ ਸਕਸੈਸ ਰੇਟ ਬਹੁਤ ਹੈਈਆ ਪਰ ਫਿਰ ਵੀ ਕੁਝ ਬੱਚੇ ਰਿਫਿਊਜ਼ ਹੋ ਰਹੇ ਨੇ ਜਦੋਂ ਅਸੀਂ ਲਾਈਵ ਸੈਸ਼ਨ ਲੈਨੇ ਹ ਉਹਦੇ ਵਿੱਚ ਸਾਨੂੰ ਕਾਲਸ ਆਉਂਦੀਆਂ ਉਹ ਕਿਹੜੇ ਬੱਚੇ ਰਿਫਿਊਜ਼ ਹੋ ਰਹੇ ਨੇ ਜਿਹੜੇ ਬੱਚੇ ਆਪਣੀ ਟਿਊਸ਼ਨ ਫੀਸ ਨਹੀਂ ਭਰ ਰਹੇ ਉਹ ਬੱਚੇ ਰਿਫਿਊਜ਼ ਹੋ ਰਹੇ ਨੇ ਜਿਹੜੇ ਬੱਚੇ ਟਿਊਸ਼ਨ ਫੀਸ ਨਹੀਂ ਭਰ ਰਹੇ ਔਰ 6 ਮਨਤ ਦੀ ਜਿਹੜੀ ਆਪਣੀ ਬੈਂਕਿੰਗ ਦੇ ਰਿਆ ਜਾਂ ਉਹਦੇ ਵਿੱਚ ਆਪਣੀ ਟਿਊਸ਼ਨ ਫੀਸ ਸ਼ੋ ਕਰੋ ਜਾਂ ਆਪਣੀ ਟਿਊਸ਼ਨ ਫੀਸ ਜ 6 ਮਨთ ਦੀ ਬੈਂਕਿੰਗ ਦੇ ਰਹੇ ਆ ਉਹਦੇ ਵਿੱਚ 2 ਇਅਰ ਲਿਵਿੰਗ ਐਕਸਪੈਂਸ ਹੈ ਤੁਹਾਡਾ ਤੇ ਜੇ ਤੁਸੀਂ ਟਿਊਸ਼ਨ ਫੀਸ ਭਰੀ ਹੋਈ ਆ ਫਿਰ 1 ਸਾਲ ਦੀ ਆਪਣੀ ਟਿਊਸ਼ਨ ਫੀਸ ਉਹਦੇ ਵਿੱਚ ਤੁਸੀਂ ਬੈਂਕਿੰਗ ਦੇ ਵਿੱਚ ਦੇਣੀ ਆ ਜੀ ਆਈਸੀ ਕਰਵਾਣੀ ਕਰਵਾਣਾ ਐ ਐਸਓਪੀ ਦੇ ਉੱਪਰ ਪ੍ਰੋਪਰ ਵਰਕ ਆਊਟ ਕਰੋ ਆਪਣੀ ਐਸਓਪੀ ਖੁਦ ਬਣਾ ਕੇ ਦੋ ਸਟੂਡੈਂਟ ਦਾ ਪਾਰਟ ਐ ਐਸਓਪੀ ਇਸ ਕਰਕੇ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਵੀਜ਼ਾ ਲਿਆ ਜਾ ਸਕਦਾ ਇਸ ਟਾਈਮ ਬਹੁਤ ਅੱਛਾ ਸਕਸੈਸ ਰੇਟ ਹੈ ਕੈਨੇਡਾ ਦਾ ਬਹੁਤ ਅچھے ਵੀਜ਼ਾਸ ਜਿਹੜੇ ਉਹ ਕੈਨੇਡਾ ਦੇ ਰਿਹਾ ਹੈ ਜੀ 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 ਬਿਲਕੁਲ ਸੋ ਸਟੂਡੈਂਟ ਜ਼ਰੂਰ ਇਹਨਾਂ ਸਾਰੀਆਂ ਦਾ ਧਿਆਨ ਰੱਖਣ ਤਾਂ ਕਿ ਤੁਸੀਂ ਆਪਣਾ ਟਾਈਮਲੀ ਪ੍ਰੋਸੈਸ ਸ਼ੁਰੂ ਕਰ ਸਕੋ ਤੇ ਟਾਈਮਲੀ ਤੁਹਾਡਾ ਵੀਜ਼ਾ ਤੁਹਾਡੇ ਹੱਥ ਵਿੱਚ ਹੋਵੇ ਤੇ ਇੱਥੇ ਲਾਸਟ ਵਿੱਚ ਤੁਸੀਂ ਕੀ ਸੁਜੈਸਟ ਕਰਨਾ ਚਾਹੋਗੇ ਜਾਂ ਕੀ ਗਾਈਡ ਕਰਨਾ ਚਾਹੋਗੇ ਕੁਝ ਖਾਸ ਟਿਪਸ ਮੈਂ ਜ਼ਰੂਰ ਚਾਹੂੰਗੀ ਸਟੂਡੈਂਟਸ ਨੂੰ ਕਿਉਂਕਿ ਕੈਨੇਡਾ ਨੂੰ ਲੈ ਕੇ ਸਟੂਡੈਂਟਸ ਐ ਹੁਣ ਸਵਾਲ ਲਗਾਤਾਰ ਕਿਉਂਕਿ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਤਾਂ ਤੁਸੀਂ ਕਲੈਰਿਟੀ ਦੇ ਹੀ ਦਿੱਤੀ ਹੈ ਸਾਰੀ ਪਰ ਅਪਲਾਈ ਕਰਨ ਨੂੰ ਲੈ ਕੇ ਆਪਾਂ ਜਨਵਰੀ ਇਨਟੇਕ ਤੇ ਜਦੋਂ ਫੋਕਸ ਕਰ ਰਹੇ ਹਾਂ ਜਾਂ ਆਪਾਂ ਕੋ ਮੈਂ ਇਨਟੇਕ ਤੇ ਵੀ ਦੇਖ ਰਹੇ ਹਾਂ ਸਟੂਡੈਂਟਸ ਕਿਹੜੀਆਂ ਗੱਲਾਂ ਤੇ ਧਿਆਨ ਜ਼ਰੂਰ ਰੱਖਣ ਹਰਜੋਤ ਜੀ ਪਹਿਲੀ ਗੱਲ ਤਾਂ ਜਨੂਅਰੀ ਇਨਟੇਕ ਦੇ ਵਿੱਚ ਜਿਹੜੇ ਪ੍ਰਾਈਵੇਟ ਕਾਲਜਸ ਅਵੇਲੇਬਲ ਨੇ ਪਾਥਵੇ ਪ੍ਰੋਗਰਾਮ ਵਾਲੇ ਉਹ ਬੱਚਿਆਂ ਨੂੰ ਲੈ ਲੈਣੇ ਚਾਹੀਦੇ ਆ ਜੇ ਮੈਂ ਅਗਲੀ ਗੱਲ ਕਰਾਂ ਕੋਰਸ ਸਿਲੈਕਸ਼ਨ ਦੇ ਉੱਤੇ ਬੱਚੇ ਨੂੰ ਧਿਆਨ ਦੇਣਾ ਚਾਹੀਦਾ ਐਸਓਪੀ ਦੇ ਉੱਤੇ ਮੇਜਰ ਧਿਆਨ ਦੇਣਾ ਚਾਹੀਦਾ ਜਿਹੜਾ ਪੈਕੇਜ ਆ ਪੈਕੇਜ ਦੇ ਬਿਲਕੁਲ ਮੈਂ ਹਮੇਸ਼ਾ ਖਿਲਾਫ ਰਹੀ ਆ ਪੈਕੇਜ ਬੱਚੇ ਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਆਪਣੀ ਪ੍ਰੋਫਾਈਲ ਦੇ ਹਰ ਸਟੈਪ ਨੂੰ ਉਹਨੂੰ ਸਮਝਣਾ ਚਾਹੀਦਾ ਪ੍ਰੋਵਿੰਸ ਆਪਣੇ ਪ੍ਰੋਫਾਈਲ ਦੇ ਅਕੋਰਡਿੰਗਲੀ ਸਿਲੈਕਟ ਕਰੇ ਬੱਚਾ ਕਿ ਮੇਰੀ ਪ੍ਰੋਫਾਈਲ ਕਿੱਥੇ ਜਾ ਕੇ ਮੈਚ ਕਰ ਉਸੇ ਪ੍ਰੋਵਿੰਸ ਦੇ ਵਿੱਚ ਅਪਲਾਈ ਕਰੇ ਕਿਉਂਕਿ ਕੱਲ ਦੇ ਦਿਨ ਉਹਨੂੰ ਪੀਆਰ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਜਿਹੜੀ ਇਸ ਟਾਈਮ ਸਭ ਤੋਂ ਜ਼ਰੂਰੀ ਗੱਲ ਹੈ ਨੋਨ ਐਸਡੀਐਸ ਕੈਟਾਗਰੀ ਵਾਲੇ ਬੱਚੇ ਉਹ ਵੀ ਸੁਜੈਸ਼ਨ ਲੈ ਸਕਦੇ ਨੇ ਸਾਡੇ ਕੋਲ ਔਨ ਕਾਲ ਵੀ ਸੁਜੈਸ਼ਨ ਲੈ ਸਕਦੇ ਉਹ ਵੀ ਬੱਚੇ ਅਪਲਾਈ ਕਰ ਸਕਦੇ ਆ ਨੋਨ ਐਸਡੀਐਸ ਕੈਟਾਗਰੀ ਨੂੰ ਵੀ ਆਪਾਂ ਨਾਲ ਦੀ ਨਾਲ ਬੱਚਿਆਂ ਨੂੰ ਡੀਲ ਕਰਦੇ ਆ ਨੋਨ ਐਸਡੀਐਸ ਕੈਟਾਗਰੀ ਚ ਜਿਨ੍ਹਾਂ ਦੇ ਪੀਟੀ ਸਕੋਰ ਘਟਾ ਹੈ ਆਇਲਟ ਸਕੋਰ ਘਟਾ ਉਹ ਵੀ ਸਾਡੇ ਕੋਲ ਅਪਲਾਈ ਕਰ ਸਕਦੇ ਨੇ ਬਟ 2 ਚੋਂ 5.5 1 ਚੋਂ 5.5 ਓਵਰਆਲ 6 ਵਾਲਾ ਬੱਚਾ ਐਸਡੀਐਸ ਕੈਟਾਗਰੀ ਚ ਫਾਲ ਕਰ ਰਿਹਾ ਹੈ ਇਹ ਪੂਰਾ ਬੈਨੀਫਿਟ ਇਹਦਾ ਬੱਚਾ ਲੈ ਸਕਦਾ ਹੈ ਡਿਪਲੋਮੈਟਸ ਦੀ ਜਿਹੜੀ ਗੱਲ ਹੋਈ ਹੈ ਜਿਹੜੇ ਲੈਸ ਕੀਤੇ ਨੇ ਉਹਨਾਂ ਨੇ ਘਟਾਏ ਨੇ ਇੰਡੀਆ ਦੇ ਵਿੱਚ ਕੈਨੇਡੀਅਨ ਐਂਬੈਸੀ ਚ ਤੇ ਉਹਦੇ ਬੱਚੇ ਨੂੰ ਜ਼ਿਆਦਾ ਵਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਕੋਈ ਵੀਜ਼ੇ ਦੇ ਉੱਤੇ ਇਫੈਕਟ ਇਸ ਟਾਈਮ ਨਹੀਂ ਹੋਇਆ ਕਿਉਂਕਿ ਇਸ ਚੀਜ਼ ਨੂੰ ਲਾਗੂ ਹੋਏ ਨੂੰ ਵੀ 15 ਤੋਂ 20 ਦਿਨ ਹੋ ਗਏ ਨੇ ਸਾਡੇ ਕੋਲ ਬੈਕ ਟੂ ਬੈਕ ਰਿਜ਼ਲਟ ਜਿਹੜੇ ਪੋਜ਼ਿਟਿਵ ਹੀ ਆ ਰਹੇ ਨੇ ਜੀ ਬਿਲਕੁਲ ਸਪੋਜ਼ਿਟਿਵ ਰਿਜ਼ਲਟਸ ਕੈਨੇਡਾ ਤੋਂ ਨੇ ਔਰ ਸਟੂਡੈਂਟਸ ਜਿਹੜੇ ਅਪਲਾਈ बारे सोच रहे हैं डिले ना करो टाइमली राइट गाइडेंस अगे वधो कोई सवाल है डाउट है नंबर लगातार डिस्प्ले हो रहा है तुम इस नंबर पर कॉल करके पूरी जानकारी जरूर ले सद अगर तुम क्रिएटिव फ्यूचर कंसूलेंसा ऑफिस विजिट करना चाहते हो तो अपने डॉकूमेंट्स जरूर ना लैके आओ असैसमेंट करवाओ तो सही ऑप्शन के न अगे वध बहुत बहुत थैंक्स गुरप्रीत जी एक बार फिर तो अंतिम स्टूडेंट्स बहुत चंगे ढंग गाइडेंस दीती है समझाए ने कई पॉइंट्स क्लीयर किएं भी अंत स्टूडेंट्स होर इनफोरमेटिव भीडियोस लेकर आंते रहोंगे फिलहाल ही सू जी इजाजत थैंक यू सो मच Thank you, Dee.